ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਬਰੇਵ ਐਪ ਚੈਨਲ ਤੇ ਮੈਂ ਹਾਂ ਰਾਜੂ ਖੰਨਾ। ਅੱਜ ਅਸੀਂ ਆਪਣੇ ਜੀ ਜ਼ਿਲ੍ਹਾ ਮਲੇਰਕੋਟਲੇ ਦੇ ਵਿੱਚ ਖੜੇ ਹਾਂ ਜੀ। ਆਪਣੇ ਜਸਪਾਲ ਦਾਸ ਜੀ ਨੂੰ ਆਪਣੇ ਕਾਂਗਰਸ ਪਾਰਟੀ ਦਾ ਠੀਕ ਹੈ ਪ੍ਰਧਾਨ ਠੀਕ ਹੈ ਲਗਾਇਆ ਗਿਆ ਠੀਕ ਹੈ। ਜਸਪਾਲ ਦਾਸ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕਿਵੇਂ ਹੋ? ਮੇਰਾ ਨਾਮ ਜਸਪਾਲ ਦਾਸ, ਪਿੰਡ ਹਥਨ। ਜਿਹੜਾ ਤੁਸੀਂ ਉਰੇ ਇਕੱਠ ਕੀਤਾ ਜੀ ਆਪਣਾ, ਹਾਂਜੀ ਅੱਜ ਜਿਹੜਾ ਤੁਸੀਂ ਉਰੇ ਇਕੱਠ ਕੀਤਾ ਜੀ, ਇਹ ਜੀ ਇਕੱਠ ਮੇਰੇ ਮਿੱਤਰ ਦੋਸਤ ਕਾਂਗਰਸ ਪਾਰਟੀ ਦੇ ਵਰਕਰ ਜ਼ਿਲ੍ਹਾ ਮਲੇਰਕੋਟਲਾ ਦੇ, ਉਹਨਾਂ ਨੇ ਮੈਨੂੰ ਬੁਲਾਇਆ ਜਿੱਥੇ ਹੁਣ ਅਸੀਂ ਬੈਠੇ ਹਾਂ। ਇੱਥੇ ਅਸੀਂ ਪਹਿਲਾਂ ਕਾਫੀ ਵਰਕਰ ਸਾਹਿਬਾਨ ਹੁਣ ਚਲੇ ਗਏ ਇਕੱਠੇ ਹੋਏ। ਉਹਨਾਂ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਮੈਨੂੰ ਦੂਜੀ ਵਾਰ ਜ਼ਿਲ੍ਹਾ ਮਲੇਰਕੋਟਲਾ ਦਾ ਪ੍ਰਧਾਨ ਲਾਉਣ 'ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਖੁਸ਼ੀ ਦੇ ਵਿੱਚ ਬੱਚਿਆਂ ਨੂੰ ਚੌਲਾਂ ਦਾ ਭੰਡਾਰਾ ਕਰਿਆ ਅਤੇ ਲੱਡੂ ਵੰਡੇ ਨੇ। ਇਸ ਲਈ ਮੈਨੂੰ ਅੱਜ ਇਹਨਾਂ ਨੇ ਉਰੇ ਬੁਲਾਇਆ। ਮੈਂ ਜਿੱਥੇ ਇਹਨਾਂ ਦੀ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਮੇਰਾ ਮਿੱਤਰਾਂ ਦੋਸਤਾਂ ਦਾ ਧੰਨਵਾਦ ਕਰਦਾ। ਉਸ ਤੋਂ ਵੱਧ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ, ਮੈਡਮ ਰਜ਼ੀਆ ਸੁਲਤਾਨਾ ਜੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ, ਸ਼੍ਰੀ ਮੁਹੰਮਦ ਮੁਸਤਫਾ ਰਿਟਾਇਰਡ ਡੀ ਜੀ ਪੀ ਸਾਹਿਬ ਅਤੇ ਸ਼੍ਰੀ ਸੁਮਿਤ ਮਾਨ ਜੀ ਜਿਹੜੇ ਹਲਕਾ ਇੰਚਾਰਜ ਨੇ ਅਮਰਗੜ੍ਹ ਦੇ, ਇਹਨਾਂ ਸਾਰਿਆਂ ਦਾ ਲੀਡਰਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਦੂਜੀ ਵਾਰ ਕਾਂਗਰਸ ਪਾਰਟੀ ਦਾ ਮਲੇਰਕੋਟਲੇ ਦਾ ਪ੍ਰਧਾਨ ਲਾਇਆ। ਮੇਰਾ ਨਾਮ ਜੀ ਮੁਹੰਮਦ ਯਾਸਿਨ ਘੋਗੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਮਲੇਰਕੋਟਲਾ। ਅਤੇ ਆਪਾਂ ਨੂੰ ਠੀਕ ਹੈ ਕਿੰਨੀ ਕੁ ਠੀਕ ਹੈ ਗੱਲ ਖੁਸ਼ੀ ਹੈ ਕਿ ਜਿਹੜੇ ਠੀਕ ਹੈ ਪ੍ਰਧਾਨ ਬਣ ਗਏ ਜੀ, ਜਿੰਨੇ ਕਾਂਗਰਸ ਦੇ ਵਰਕਰ ਆ ਸੀ, ਮੈਨੂੰ ਇਕੱਲੇ ਨੂੰ, ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਵੀ ਜਸਪਾਲ ਦਾ ਚੇਅਰਮੈਨ ਜੀ ਬੜੇ ਇਮਾਨਦਾਰ ਬੰਦੇ ਨੇ ਅਤੇ ਵਰਕਰਾਂ ਨਾਲ ਖੜ੍ਹਦੇ ਨੇ, ਜੋ ਵਰਕਰਾਂ ਦੀ ਸਮੱਸਿਆ ਉਹਦੀ ਸੁਣਦੇ ਨੇ। ਇਹ ਅਸੀਂ ਬਹੁਤ ਮਾਣ ਕਰਦੇ ਹਾਂ ਅਸੀਂ ਇਹਨਾਂ 'ਤੇ, ਕਿਉਂਕਿ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਰਾਜਾ ਵੜਿੰਗ ਜੀ ਅਤੇ ਸਾਡੇ ਮੈਡਮ ਰਜ਼ੀਆ ਸੁਲਤਾਨਾ ਸਾਬਕਾ ਮੰਤਰੀ ਅਤੇ ਸਾਡੇ ਮੁਹੰਮਦ ਮੁਸਤਫਾ ਸਾਹਿਬ, ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸੁਮਿਤ ਸਾਹਿਬ ਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਇਮਾਨਦਾਰ ਬੰਦੇ ਨੂੰ ਜ਼ਿਲ੍ਹਾ ਕਾਂਗਰਸ ਦਾ ਮਲੇਰਕੋਟ ਦਾ ਪ੍ਰਧਾਨ ਲਾਇਆ। ਅਸੀਂ ਤਹਿ ਦਿਲ ਇਹਨਾਂ ਦਾ ਧੰਨਵਾਦ ਕਰਦੇ। ਜਿਹੜੇ ਲੋਕ ਆਪਣੇ ਕਾਂਗਰਸ 'ਚੋਂ ਨਿਕਲੇ ਨੇ, ਉਹ ਜਿਹੜੇ ਕੋਈ ਮਾੜੀ ਮਾੜੀ ਗੱਲ ਤੋਂ ਕੋਈ ਨਾਰਾਜ਼ ਨੇ, ਕੋਈ ਕਿਸੇ ਵਰਕਰ ਤੋਂ ਨਾਰਾਜ਼ ਹੈ, ਕੋਈ ਕਿਸੇ ਦਾ ਕੰਮ ਨਹੀਂ ਹੋ ਕੋਈ ਨਾਰਾਜ਼ ਹੈ, ਉਹਨਾਂ ਸਾਰਿਆਂ ਕੋਲ ਅਸੀਂ ਹੁਣ ਚੇਅਰਮੈਨ ਸਾਹਿਬ ਨਾਲ ਇਕੱਲੇ ਇਕੱਲੇ ਜਾਵਾਂਗੇ। ਸਾਨੂੰ ਮੈਡਮ ਰਜ਼ੀਆ ਸੁਲਤਾਨਾ ਜੀ ਨੇ ਕਿਹਾ ਵੀ ਇਕੱਲਾ ਇਕੱਲਾ ਵਰਕਰ ਹੈ ਜਿਹੜਾ, ਅਤੇ ਮੁਸਤਫਾ ਸਾਹਿਬ ਜੀ ਨੇ ਕਿਹਾ ਅਤੇ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਉਹਨਾਂ ਨੇ ਵੀ ਕਿਹਾ, ਅਸੀਂ ਇਕੱਲੇ ਇਕੱਲੇ ਵਰਕਰ ਨੂੰ ਇਕੱਠੇ ਕਰਕੇ ਮਜ਼ਬੂਤ ਕਾਂਗਰਸ ਬਣਾ ਕੇ ਦੁਬਾਰਾ ਸਰਕਾਰ ਲੈ ਕੇ ਆਵਾਂਗੇ। ਸਾਡੇ ਨਾਲ ਹੋਰ ਵੀ ਭਾਈ ਸਾਹਿਬ ਠੀਕ ਹੈ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਆਪਣਾ ਕੀ ਨਾਂ ਹੈ ਜੀ? ਮੇਰਾ ਨਾਮ ਫਤਿਹਦੀਨ, ਮੈਂਬਰ ਬਲਾਕ ਸਮਤੀ ਪਿੰਡ ਸ਼ੇਰਵਾਨੀ ਕੋਟ। ਆਪਾਂ ਨੂੰ ਕਿੰਨੀ ਕੁ ਠੀਕ ਹੈ ਗੱਲ ਖੁਸ਼ੀ ਹੈ ਕਿ ਜਿਹੜੇ ਆਪਣੇ ਜਸਪਾਲ ਜੀ ਠੀਕ ਹੈ ਪ੍ਰਧਾਨ ਬਣੇ ਨੇ ਕਾਂਗਰਸ? ਸਾਡੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਜੀ, ਜੋ ਸਾਡੇ ਵੱਡੇ ਵੀਰ ਨੂੰ ਦੁਬਾਰਾ ਪ੍ਰਧਾਨ ਬਣਾ ਗਿਆ ਕਾਂਗਰਸ ਦਾ, ਕੈਪਟਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਅਤੇ ਮੈਡਮ ਰਜ਼ੀਆ ਸੁਲਤਾਨਾ ਸੁਮਿਤ ਮਾਨ ਜੀ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹਨਾਂ ਨੇ ਇੱਕ ਸਾਫ਼ ਸੁਥਰੀ ਸ਼ਖਸੀਅਤ ਨੂੰ ਦੁਬਾਰਾ ਫਿਰ ਪ੍ਰਧਾਨ ਚੁਣਿਆ, ਮਲੇਰਕੋਟਲਾ ਜ਼ਿਲ੍ਹੇ ਦੀ ਕਾਂਗਰਸ ਦੇ ਵਿੱਚ ਦੁਬਾਰਾ ਜਾਣ ਪਊਗੀ, ਜੋ ਸਾਡੇ ਵਰਕਰ ਨਾਰਾਜ਼ ਸੀ। ਇਹ ਹਰ ਇੱਕ ਪਰਿਵਾਰ ਨਾਲ ਨੂੰ ਨਾਲ ਲੈ ਕੇ ਚੱਲਣ ਵਾਲੇ ਇਨਸਾਨ ਨੇ, ਇਸ ਕਰਕੇ ਸਾਡੇ ਸਾਰੇ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ। ਅਤੇ ਆਪਣੇ ਠੀਕ ਹੈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਤੁਸੀਂ, ਜਿਹੜੇ ਆਮ ਲੋਕ ਨੇ ਠੀਕ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਲੋਕਾਂ ਨੂੰ ਅਸੀਂ ਮੈਸੇਜ ਦੇਵਾਂਗੇ, ਜੋ ਪ੍ਰਧਾਨ ਜੀ ਨੇ ਉਹਨਾਂ ਸਾਰੇ ਲੋਕ ਤਕਰੀਬਨ ਮਲੇਰਕੋਟਲਾ ਹਲਕੇ ਦੇ ਲੋਕ ਇਹਨਾਂ ਨੂੰ ਜਾਣਦੇ ਨੇ, ਭਲੀ ਭਾਤ ਜਾਣੂ ਨੇ, ਹਰੇਕ ਦੇ ਦੁੱਖ ਸੁੱਖ 'ਚ ਸ਼ਰੀਕ ਹੋਣ ਵਾਲੇ ਇਨਸਾਨ ਨੇ, ਇਸ ਕਰਕੇ ਸਾਰੇ ਲੋਕ ਇਹਨਾਂ ਦੇ ਨਾਲ ਨੇ, ਕੋਈ ਗੱਲ ਨਹੀਂ। ਸ਼ਹਿਰ ਮਲੇਰਕੋਟਲਾ ਤੋਂ ਠੀਕ ਹੈ ਬਰੇਵ ਐਪ ਚੈਨਲ ਦੇ ਨਾਲ ਰਾਜੂ ਖੰਨਾ ਦੀ ਰਿਪੋਰਟ।